ਮਾਂ ਕਿਸੇ ਵੀ ਸ਼ੇਰਨੀ ਤੋਂ ਘੱਟ ਨਹੀਂ ਹੁੰਦੀ। ਇੱਕ ਮਾਂ ਹੀ ਹੁੰਦੀ ਹੈ ਜੋ ਆਪਣੇ ਪੁੱਤ ਦੇ ਉੱਤੇ ਕਿਸੇ ਵੀ ਤਰੀਕੇ ਦੀ ਆਂਚ ਤੱਕ ਨਹੀਂ ਆਉਣ ਦਿੰਦੀ। ਜਿਵੇਂ ਦੱਸਦੀਏ ਕਿ ਇੱਥੇ ਵੀ ਇੱਕ ਮਾਂ ਨੇ ਬਿਲਕੁਲ ਇਸੇ ਤਰੀਕੇ ਦੇ ਨਾਲ ਆਪਣੇ ਪੁੱਤ ਦੀ ਜਾਨ ਬਚਾਈ ਹੈ। ਦਰਅਸਲ ਮਾਂ ਆਪਣੇ ਪੁੱਤ ਦੇ ਨਾਲ ਬਾਜ਼ਾਰ ਦੇ ਵਿੱਚ ਖੜ ਕੇ ਸਕੂਟੀ ਦੇ ਉੱਤੇ ਗੱਲਾਂ ਮਾਰ ਰਹੀ ਹੁੰਦੀ ਹੈ, ਮਾਂ ਸੜਕ 'ਤੇ ਖੜ੍ਹੀ ਹੁੰਦੀ ਹੈ ਅਤੇ ਬੇਟਾ ਸਕੂਟੀ 'ਤੇ ਬੈਠਾ ਹੁੰਦਾ ਹੈ। ਹਾਲਾਂਕਿ ਇੰਨੇ ਦੇ ਵਿੱਚ ਅਚਾਨਕ ਹੀ ਉੱਥੇ 3 ਤਲਵਾਰ ਲੈ ਕੇ ਹਮਲਾਵਰ ਆਉਂਦੇ ਨੇ ਅਤੇ ਬੇਟੇ ਦੇ ਉੱਪਰ ਜਿਵੇਂ ਹੀ ਵਾਰ ਕਰਨ ਲੱਗਦੇ ਨੇ ਤਾਂ ਮਾਂ ਜੋ ਹੈ ਉਹ ਮੌਕੇ ਦੇ ਉੱਤੇ ਅੱਗੇ ਆ ਕੇ ਖੜ੍ਹੀ ਹੋ ਜਾਂਦੀ ਹੈ ਅਤੇ ਬੇਟੇ ਦੇ ਉੱਤੇ ਜੋ ਵਾਰ ਹੋਣ ਵਾਲਾ ਹੁੰਦਾ ਤਲਵਾਰ ਦਾ ਉਸ ਤੋਂ ਬਚਾਅ ਕਰ ਲੈਂਦੀ ਹੈ। ਹਾਲਾਂਕਿ ਇੱਥੇ ਹੀ ਬਸ ਨਹੀਂ, ਇਸ ਤੋਂ ਬਾਅਦ ਮਾਂ ਦੇ ਵੱਲੋਂ ਪਹਿਲਾਂ ਤਾਂ ਹਮਲਾਵਰ ਨੂੰ ਧੱਕਾ ਮਾਰ ਕੇ ਪਰਾਂ ਸੁੱਟ ਦਿੱਤਾ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਥੱਲੇ ਗਿਰੇ ਹੋਏ ਪੱਥਰ ਚੱਕ ਕੇ ਹੀ ਇਹਨਾਂ ਹਮਲਾਵਰਾਂ ਨੂੰ ਖਦੇੜ ਦਿੱਤਾ ਜਾਂਦਾ ਅਤੇ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਤਾਂ ਮਹਾਰਾਸ਼ਟਰ ਦੇ ਕੋਲਹਾਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਮਾਂ ਨੇ ਹੀ ਆਪਣੇ ਪੁੱਤ ਦੀ ਜਾਨ ਬਚਾਈ ਹੈ। ਪੱਥਰ ਚੱਕ ਕੇ ਜੋ ਹਮਲਾ ਕਰਨ ਆਏ ਸੀ ਹਮਲਾਵਰ, ਉਹਨਾਂ ਨੂੰ ਖਦੇੜ ਕੇ ਰੱਖ ਦਿੱਤਾ ਹੈ। ਦਰਅਸਲ ਜਾਣਕਾਰੀ ਅਨੁਸਾਰ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇਸ ਪੁੱਤ ਦੀ ਇਹਨਾਂ ਹਮਲਾਵਰਾਂ ਦੇ ਨਾਲ ਕੋਈ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ, ਕਈ ਵਾਰ ਇਹਨਾਂ ਦੀ ਲੜਾਈ ਹੋ ਚੁੱਕੀ ਹੈ ਅਤੇ ਅੱਜ ਜਦੋਂ ਇਹ ਆਪਣੀ ਮਾਂ ਦੇ ਨਾਲ ਬਾਜ਼ਾਰ ਦੇ ਵਿੱਚ ਖੜ੍ਹਾ ਸੀ ਤਾਂ ਅਚਾਨਕ ਹੀ ਸੂ ਜੋ ਹੈ ਉਹ ਹਮਲਾਵਰਾਂ ਨੂੰ ਮਿਲ ਜਾਂਦੀ ਹੈ ਅਤੇ ਉਹ ਮੌਕੇ ਦੇ ਉੱਤੇ ਤਲਵਾਰ ਚੱਕ ਕੇ 3 ਹਮਲਾਵਰ ਸਕੂਟੀ ਦੇ ਉੱਤੇ ਹੀ ਸਵਾਰ ਹੋ ਕੇ ਆ ਜਾਂਦੇ ਨੇ ਅਤੇ ਆਉਂਦੇ ਸਾਰ ਹੀ ਇੱਕ ਜੋ ਵਿਚਕਾਰ ਬੈਠਾ ਹੁੰਦਾ ਉਸਦੇ ਵੱਲੋਂ ਤਲਵਾਰ ਕੱਢੀ ਜਾਂਦੀ ਹੈ ਅਤੇ ਜਿਵੇਂ ਹੀ ਇਹ ਵਾਰ ਕਰਨ ਲੱਗਦੇ ਨੇ ਤਾਂ ਮਾਂ ਜੋ ਹੈ ਉਸਨੂੰ ਧੱਕਾ ਮਾਰ ਕੇ ਸਾਈਡ ਦੇ ਵਿੱਚ ਕਰ ਦਿੰਦੀ ਹੈ ਅਤੇ ਪੁੱਤ ਸਕੂਟੀ ਤੋਂ ਪਰਾਂ ਜਾ ਕੇ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਪੁੱਤ ਵੀ ਖੜ੍ਹਾ ਹੁੰਦਾ ਹੈ ਅਤੇ ਉਹ ਪੱਥਰ ਚੱਕ ਕੇ ਮਾਂ ਪੁੱਤ ਦੋਵੇਂ ਹੀ ਹਮਲਾਵਰਾਂ ਦੇ ਉੱਤੇ ਭਾਰੀ ਪੈ ਜਾਂਦੇ ਨੇ। ਪੁੱਠੇ ਪੈਰੀ ਹਮਲਾਵਰ ਭੱਜਣ ਨੂੰ ਮਜਬੂਰ ਹੋ ਜਾਂਦੇ ਨੇ। ਮਾਂ ਕਿਸੇ ਵੀ ਸ਼ੇਰਨੀ ਤੋਂ ਘੱਟ ਨਹੀਂ ਹੁੰਦੀ। ਇੱਕ ਮਾਂ ਹੀ ਹੁੰਦੀ ਹੈ ਜੋ ਆਪਣੇ ਪੁੱਤ ਦੇ ਉੱਤੇ ਕਿਸੇ ਵੀ ਤਰੀਕੇ ਦੀ ਆਂਚ ਤੱਕ ਨਹੀਂ ਆਉਣ ਦਿੰਦੀ। ਜਿਵੇਂ ਦੱਸਦੀਏ ਕਿ ਇੱਥੇ ਵੀ ਇੱਕ ਮਾਂ ਨੇ ਬਿਲਕੁਲ ਇਸੇ ਤਰੀਕੇ ਦੇ ਨਾਲ ਆਪਣੇ ਪੁੱਤ ਦੀ ਜਾਨ ਬਚਾਈ ਹੈ। ਦਰਅਸਲ ਮਾਂ ਆਪਣੇ ਪੁੱਤ ਦੇ ਨਾਲ ਬਾਜ਼ਾਰ ਦੇ ਵਿੱਚ ਖੜ ਕੇ ਸਕੂਟੀ ਦੇ ਉੱਤੇ ਗੱਲਾਂ ਮਾਰ ਰਹੀ ਹੁੰਦੀ ਹੈ, ਮਾਂ ਸੜਕ 'ਤੇ ਖੜ੍ਹੀ ਹੁੰਦੀ ਹੈ ਅਤੇ ਬੇਟਾ ਸਕੂਟੀ 'ਤੇ ਬੈਠਾ ਹੁੰਦਾ ਹੈ। ਹਾਲਾਂਕਿ ਇੰਨੇ ਦੇ ਵਿੱਚ ਅਚਾਨਕ ਹੀ ਉੱਥੇ 3 ਤਲਵਾਰ ਲੈ ਕੇ ਹਮਲਾਵਰ ਆਉਂਦੇ ਨੇ ਅਤੇ ਬੇਟੇ ਦੇ ਉੱਪਰ ਜਿਵੇਂ ਹੀ ਵਾਰ ਕਰਨ ਲੱਗਦੇ ਨੇ ਤਾਂ ਮਾਂ ਜੋ ਹੈ ਉਹ ਮੌਕੇ ਦੇ ਉੱਤੇ ਅੱਗੇ ਆ ਕੇ ਖੜ੍ਹੀ ਹੋ ਜਾਂਦੀ ਹੈ ਅਤੇ ਬੇਟੇ ਦੇ ਉੱਤੇ ਜੋ ਵਾਰ ਹੋਣ ਵਾਲਾ ਹੁੰਦਾ ਤਲਵਾਰ ਦਾ ਉਸ ਤੋਂ ਬਚਾਅ ਕਰ ਲੈਂਦੀ ਹੈ। ਹਾਲਾਂਕਿ ਇੱਥੇ ਹੀ ਬਸ ਨਹੀਂ, ਇਸ ਤੋਂ ਬਾਅਦ ਮਾਂ ਦੇ ਵੱਲੋਂ ਪਹਿਲਾਂ ਤਾਂ ਹਮਲਾਵਰ ਨੂੰ ਧੱਕਾ ਮਾਰ ਕੇ ਪਰਾਂ ਸੁੱਟ ਦਿੱਤਾ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਥੱਲੇ ਗਿਰੇ ਹੋਏ ਪੱਥਰ ਚੱਕ ਕੇ ਹੀ ਇਹਨਾਂ ਹਮਲਾਵਰਾਂ ਨੂੰ ਖਦੇੜ ਦਿੱਤਾ ਜਾਂਦਾ ਅਤੇ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਤਾਂ ਮਹਾਰਾਸ਼ਟਰ ਦੇ ਕੋਲਹਾਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਮਾਂ ਨੇ ਹੀ ਆਪਣੇ ਪੁੱਤ ਦੀ ਜਾਨ ਬਚਾਈ ਹੈ। ਪੱਥਰ ਚੱਕ ਕੇ ਜੋ ਹਮਲਾ ਕਰਨ ਆਏ ਸੀ ਹਮਲਾਵਰ, ਉਹਨਾਂ ਨੂੰ ਖਦੇੜ ਕੇ ਰੱਖ ਦਿੱਤਾ ਹੈ। ਦਰਅਸਲ ਜਾਣਕਾਰੀ ਅਨੁਸਾਰ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇਸ ਪੁੱਤ ਦੀ ਇਹਨਾਂ ਹਮਲਾਵਰਾਂ ਦੇ ਨਾਲ ਕੋਈ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ, ਕਈ ਵਾਰ ਇਹਨਾਂ ਦੀ ਲੜਾਈ ਹੋ ਚੁੱਕੀ ਹੈ ਅਤੇ ਅੱਜ ਜਦੋਂ ਇਹ ਆਪਣੀ ਮਾਂ ਦੇ ਨਾਲ ਬਾਜ਼ਾਰ ਦੇ ਵਿੱਚ ਖੜ੍ਹਾ ਸੀ ਤਾਂ ਅਚਾਨਕ ਹੀ ਸੂ ਜੋ ਹੈ ਉਹ ਹਮਲਾਵਰਾਂ ਨੂੰ ਮਿਲ ਜਾਂਦੀ ਹੈ ਅਤੇ ਉਹ ਮੌਕੇ ਦੇ ਉੱਤੇ ਤਲਵਾਰ ਚੱਕ ਕੇ 3 ਹਮਲਾਵਰ ਸਕੂਟੀ ਦੇ ਉੱਤੇ ਹੀ ਸਵਾਰ ਹੋ ਕੇ ਆ ਜਾਂਦੇ ਨੇ ਅਤੇ ਆਉਂਦੇ ਸਾਰ ਹੀ ਇੱਕ ਜੋ ਵਿਚਕਾਰ ਬੈਠਾ ਹੁੰਦਾ ਉਸਦੇ ਵੱਲੋਂ ਤਲਵਾਰ ਕੱਢੀ ਜਾਂਦੀ ਹੈ ਅਤੇ ਜਿਵੇਂ ਹੀ ਇਹ ਵਾਰ ਕਰਨ ਲੱਗਦੇ ਨੇ ਤਾਂ ਮਾਂ ਜੋ ਹੈ ਉਸਨੂੰ ਧੱਕਾ ਮਾਰ ਕੇ ਸਾਈਡ ਦੇ ਵਿੱਚ ਕਰ ਦਿੰਦੀ ਹੈ ਅਤੇ ਪੁੱਤ ਸਕੂਟੀ ਤੋਂ ਪਰਾਂ ਜਾ ਕੇ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਪੁੱਤ ਵੀ ਖੜ੍ਹਾ ਹੁੰਦਾ ਹੈ ਅਤੇ ਉਹ ਪੱਥਰ ਚੱਕ ਕੇ ਮਾਂ ਪੁੱਤ ਦੋਵੇਂ ਹੀ ਹਮਲਾਵਰਾਂ ਦੇ ਉੱਤੇ ਭਾਰੀ ਪੈ ਜਾਂਦੇ ਨੇ। ਪੁੱਠੇ ਪੈਰੀ ਹਮਲਾਵਰ ਭੱਜਣ ਨੂੰ ਮਜਬੂਰ ਹੋ ਜਾਂਦੇ ਨੇ।